ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿੱਠਾ ਜੀ ਬੜੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਬਹੁਤ ਜ਼ਿਆਦਾ ਹਲਚਲ ਜਿਹੜੀ ਹੈ ਉਹ ਮਚ ਚੁੱਕੀ ਹੈ ਇਸਲਾਮਾਬਾਦ ਰਾਵਲਪਿੰਡੀ ਦੇ ਵਿੱਚ ਜਿਸ ਤਰ੍ਹਾਂ ਅਸੀਂ ਤੁਹਾਨੂੰ ਕਿਹਾ ਕਿ ਆਈਨੀ ਤਰਮੀਮ ਦੇ ਹਵਾਲੇ ਦੇ ਨਾਲ ਹਕੂਮਤ ਨੇ ਲੰਗੋਟ ਚੜੇ ਨੇ ਉਹ ਕਸ ਲੈ ਨੇ ਔਰ ਗੱਲ ਜਿਹੜੀ ਇਹ ਬਹੁਤ ਅੱਗੇ ਵੱਧ ਚੁੱਕੀ ਹੈ ਔਰ ਪਖਤੂਨ ਹਾ ਦੇ ਵਿੱਚ ਟਲੀਆਂ ਜਿਹੜੀਆਂ ਨੇ ਉਹ ਵੀ ਖੜਕ ਚੁਕੀਆਂ ਨੇ ਮੁਲਕ ਦੁਸ਼ਮਨ ਟੋਲੇ ਜਿਹੜੇ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਔਰ ਗੰਡਾਪੁਰ ਜਿਹੜਾ ਉਹ ਪਤਾਨੀ ਉਹ ਹੁਣ ਰਹਿੰਦਾ ਹੈ ਜਾਂ ਨਹੀਂ ਰਹਿੰਦਾ ਬਾਦਲ ਤਰੀਕ ਇਨਸਾਫ ਜਿਹੜੀ ਉਹ ਗੰਡਾਪੁਰ ਦੇ ਪਿੱਛੇ ਹੱਥ ਧੋ ਕੇ ਪੈ ਚੁਕੀ ਹੈ ਔਰ ਜਿਹੜੇ ਉਹ ਅਲੱਦਗੀ ਪਸੰਦ ਅਫਗਾਨੀ ਸੀ ਪੀਟੀਐਮ ਵਾਲੇ ਉਹਨਾਂ ਦੇ ਖਿਲਾਫ ਆਪਰੇਸ਼ਨ ਜਿਹੜਾ ਉਹ ਜਾਰੀ ਹੈ ਅੱਜ ਵੈਸੇ ਮੈਂ ਮੋਸਨ ਨਕਵੀ ਐ ਅਲੀ আমিন ਗੰਡਾਪੁਰ ਔਰ ਗਵਰਨਰ ਪਖਤੂਨਹਾ ਫੈਸਲ کریم ਕੁੰਡੀ ਇਹ ਤਿੰਨਾਂ ਨੇ ਬੈਕ ਪ्रेस कॉन्फ्रेंस ਕੀਤੀ ਹੈ ਗੰਡਾਪੁਰ ਨੂੰ ਦਰਮਿਆਨ ਚ ਬਿਠਾਇਆ ਮੋਸਨ ਅਕਵੀ ਸਾਈਡ ਤੇ ਤੇ ਕੁੰਡੀ ਜਿਹੜਾ ਉਹ ਦੂਸਰੀ ਸਾਈਡ ਤੇ ਤੇ ਇਹ ਜਿਹੜਾ ਮੰਜ਼ਰ ਸੀ ਇਹ ਯੂਥੀਆਂ ਵਾਸਤੇ ਬਿਲਕੁਲ ਹੀ ਇੱਕ ਕਾਬਲੇ ਕਬੂਲ ਨਹੀਂ ਸੀ ਕਿਉਂਕਿ ਯੂਥੀ ਇਹ ਤੇ ਮੋਸਨ ਅਕਵੀ ਨੂੰ ਗਾਲਾਂ ਕੱਢ ਰਹੇ ਸੀ ਕਿ ਇਹਨੇ ਸਾਡਾ ਅਫਗਾਨੀ ਇਨਕਲਾਬ ਜਿਹੜਾ ਉਹਨੂੰ ਪਛਾਬ ਵਿੱਚ ਬਦਲ ਦਿੱਤਾ ਤੇ ਗੰਡਾਪੁਰ ਜਿਹੜਾ ਇਹਦੇ ਨਾਲ ਮਿਲਿਆ ਤੇ ਉਹ ਸਾਰੇ ਬੈਠ ਕੇ ਕਾਨਫਰੰਸ ਕਰ ਰਹੇ ਸੀ ਔਰ ਇੱਕ ਜਹਤੀ ਦਾ ਇਜ਼ਹਾਰ ਕਰ ਰਹੇ ਸੀ ਤੇ ਯੂਥੀ ਦੇ ਪੱਲੇ ਕੀ ਰਹਿ ਗਿਆ ਜਾਂ ਨਿਆਜ਼ੀ ਦੇ ਪੱਲੇ ਕੀ ਰਹਿ ਗਿਆ ਜੇਲ੍ਹ 'ਚ ਹੈ ਕੀ ਰਹਿ ਗਿਆ ਦੱਸਿਆ ਜੇ ਜਰਾ ਮੈਨੂੰ ਅੱਛਾ ਵੱਡੀਆਂ ਖਬਰਾਂ ਤੇ ਵੱਡੇ ਰੌਲੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਅਗਾਮੀ ਤੁਸੀਂ ਇਹਨੂੰ ਟੋਰ ਲਓ ਨਵਾਜ਼ ਸ਼ਰੀਫ ਔਰ ਬਲਾਵਲ ਦੀ ਮੁਲਾਕਾਤ ਆਣੀ ਤਰਮੀਮ ਹਕੂਮਤ ਦਾ ਵੱਡਾ ਐਲਾਨ ਅਲੀਮਾ ਔਰ ਉਜ਼ਮਾ ਦਾ ਮਜ਼ੀਦ ਜਿਸਮਾਨੀ ਰਿਮਾਂਡ ਪਾਕਿਸਤਾਨ ਤੇ ਡਾਲਰਾਂ ਦੀ بارش ਬਹੁਤ ਵੱਡਾ ਤਹਿਲਕਾ ਚਲੋ ਸਭ ਤੋਂ ਪਹਿਲੇ ਅਸੀਂ ਇੱਕ ਵਾਰੀ ਫਿਰ ਹੱਛੀ ਖਬਰ ਤੋਂ ਸ਼ੁਰੂ ਕਰਦੇ ਆਂ ਔਰ ਮੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਹੱਛੀਆਂ ਖਬਰਾਂ ਦੇ ਵਿੱਚ ਮਸਾਲਾ ਨਹੀਂ ਹੁੰਦਾ ਤੇ ਇਹ ਤੁਹਾਨੂੰ ਪਸੰਦ ਨਹੀਂ ਆਉਂਦੀਆਂ ਲੇਕਿਨ ਇਹ ਮੁਲਕ ਦਾ ਮਾਮਲਾ ਹੈ ਕੌਮ ਦਾ ਮਾਮਲਾ ਹੈ ਤੁਹਾਡੇ ਬੱਚਿਆਂ ਦੇ ਮਸਤਕਬਲ ਦਾ ਮਾਮਲਾ ਹੈ ਤੇ ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣਾ ਜਿਹੜਾ ਇਹ ਸਾਡਾ ਫਰਜ਼ ਹੈ ਅਸੀਂ ਸਮਝਦੇ ਆਂ ਕਿ ਤੁਸੀਂ ਸਾਡਾ ਤੜਕਾ ਔਰ ਐਸੀ ਐਸੀ ਖਬਰਾਂ ਪਸੰਦ ਕਰਦੇ ਹੋ ਜਿਹੜੀਆਂ ਕਿਸੇ ਕੋਲ ਨਹੀਂ ਹੁੰਦੀਆਂ ਲੇਕਿਨ ਇੱਥੇ ਹੁਣ ਪਾਕਿਸਤਾਨ ਦੀ ਭਲਾਈ ਹੋ ਰਹੀ ਹੈ ਹਰ ਰੋਜ਼ ਹੋ ਰਹੀ ਹੈ ਔਰ ਅਸੀਂ ਇੰਨੀ ਕੁਰਬਾਨੀ ਦਿੱਤੀ ਹੈ ਇਸ ਇਸ ਤੱਕ ਗੱਲ ਲਿਆਣ ਵਾਸਤੇ ਇਸ ਫਿਤਰੇ ਨੂੰ ਖਤਮ ਕਰਕੇ ਪਾਕਿਸਤਾਨ ਨੂੰ ਤਰੱਕੀ ਦੇ ਰਸਤੇ ਤੇ ਚੜਨ ਵਾਸਤੇ ਅਸੀਂ ਤੁਹਾਡੇ ਸਾਹਮਣੇ ਦਿਨ ਰਾਤ ਕੁਰਬਾਨੀ ਦਿੰਨੇ ਆ ਤੇ ਫਿਰ ਅੱਛੀਆਂ ਖਬਰਾਂ ਜਦੋਂ ਆਂਦੀਆਂ ਨੇ ਤੇ ਉਹ ਤੁਹਾਡੇ ਤੱਕ ਪਹੁੰਚਾਣਾ ਵੀ ਬਣਦਾ ਐ ਪਾਕਿਸਤਾਨ ਦੇ ਉੱਤੇ ਡਾਲਰਾਂ ਦੀ ਫੇਰ بارش ਜਿਵੇਂ ਉਹ ਸ਼ਾਦੀਆਂ ਵਿਆਹਾਂ ਤੇ ਨਹੀਂ ਹੁੰਦਾ ਕਿ 5000 ਰੁਪਏ ਦੀ ਫੇਰ ਵੇਲ ਤੇ 5000 ਦੀ ਫੇਰ ਵੇਲ ਇਸ ਤਰ੍ਹਾਂ ਪਾਕਿਸਤਾਨ ਤੇ ਡਾਲਰਾਂ ਦੀ ਫੇਰ بارش ਅੱਛਾ ਇਹ ਹੁਣ ਪਾਕਿਸਤਾਨ और पाकिस्तान की आवाम की किस्मत जी बदल दी है पी डालर दारिशा जारी ने सऊदी अरब के वफद ने दो अरब डालर की सरमायाकारी बारिश की जिड़ी के अगले दो साल तो बाद तो दस अरब डालर तक पहुँच जाएगी थी। ठीक हो गया जी वादे भी हो गया सारा कुछ हो गया और अल्लाह के फजलोक्रम कम जोड़ा वो चल पाकिस्तान के उत्ते मजीद बारिश जी शुरू हो चुकी अलहमदुल्ला एशियाई तरक्ियाती बैंक एशियाई तरकियाती बैंक उन्हें भी बहुत व्डा ऐलान किया तो एक ऐलान भी अज ही कियाशियाई तरक्की बै तरक्याती बैंक ने कहा कि पाकिस्तान तरक्की की तरफ चल प्या और पाकिस्तान की हुकूमत ने जिस तरह मुल्कों दवालिया होने तो बचाया ए मिसाल नहीं मिलती तुम्हें पता है ना कि जो हुकूमत आई सी तो ये जेडे जिन्हें भी मुल्क दुश्मन ने यूट्यूबर या सहाफ़ी एक की कर दवालिया हो गया बस गया ख़त्म श्रीलंका बन गया ਬੰਗਲਾਦੇਸ਼ ਬਣ ਫਲਾਣਾ ਖਤਮ ਹੋ ਗਿਆ ਜਸ ਗਿਆ ਜੀ ਖਤਮ ਸਾਰੀਆਂ ਗੱਲਾਂ ਤੁਸੀਂ ਸੋਚੀ ਸੁਣੀਆਂ ਨੇ ਔਰ ਵਾਕਿਆ ਹੀ ਦਿਵਾਲੀਆ ਹੋਣ ਦੇ ਉੱਤੇ ਕਿਨਾਰੇ ਦੇ ਉੱਤੇ ਖਲੋ ਗਿਆ ਸੀ ਜਾ ਕੇ ਹੁਣੇ ਡੁੱਬਿਆ ਹੁਣੇ ਡੁੱਬਿਆ ਇਹ ਗੱਲ ਬਿਲਕੁਲ درست ਸੀ ਲੇਕਿਨ ਸ਼ੁਭਾਸ਼ ਸ਼ਰੀਫ ਦੀ ਹਕੂਮਤ ਨੇ ਔਰ ਪਾਕਿਸਤਾਨ ਦੀ ਫੌਜ ਨੇ ਮਿਲ ਕੇ ਇਸ ਮੁਲਕ ਨੂੰ ਦਿਵਾਲੀਆ ਹੋਣ ਤੋਂ ਬਚਾਇਆ ਐ ਔਰ ਮੁਲਕ ਤਰੱਕੀ ਦੀ ਤਰਫ ਤੇ ਚਲਾਇਆ ਏਸ਼ੀਆਈ ਤਰੱਕੀਆਤੀ ਬੈਂਕਾਂ ਦਾ ਕਿ ਜਿਸ ਤਰ੍ਹਾਂ ਮੁਲਕ ਦਿਵਾਲੀਆ ਹੋਣ ਤੋਂ ਬਚਾਇਆ ਔਰ ਦਿਵਾਲੀਆ ਹੁੰਦਿਆਂ ਹੁੰਦਿਆਂ ਮੁਲਕ ਨੂੰ ਤਰੱਕੀ ਤੇ ਚਲਾਇਆ ਤਰੱਕੀ ਦੀ ਰਾਹ ਤੇ ਗਾਮਜਨ ਕੀਤਾ ਤੇ ਇਹਦੀ ਵੀ ਮਿਸਾਲ ਨਹੀਂ ਮਿਲਦੀ ਇਹ ਏਸ਼ੀਆਈ ਤਰੱਕਿਆਤੀ ਬੈਂਕ ਕਹਿ ਰਿਹਾ ਤੇ ਅਸੀਂ ਹੁਣ ਪਾਕਿਸਤਾਨ ਨੂੰ 8 ਅਰਬ ਡਾਲਰ ਜਿਹੜੀ ਆ ਉਹ ਮਦਦ ਦੇਣ ਦਾ ਐਲਾਨ ਕਰਨਿਆ 8 ਅਰਬ ਡਾਲਰ ਇਹ ਯੂਥਿਓ 8 ਅਰਬ ਰਿਓੜੀਆਂ ਨਹੀਂ 8 ਅਰਬ ਡਾਲਰ ਜਿਹੜਾ ਉਹ ਉਹਨਾਂ ਨੇ ਦੇਣ ਦਾ ਐਲਾਨ ਕੀਤਾ ਐ ਔਰ ਇਹ ਜਿਹੜਾ ਪੈਸਾ AI MF ਦੇ ਪੈਕੇਜ ਤੋਂ ਵੀ ਜ਼ਿਆਦਾ ਪੈਸੇ ਨੇ ਉਹ ਪੈਕੇਜ ਤੇ 7 ਅਰਬ ਡਾਲਰ ਦੇਣਾ ਤੇ ਏਸ਼ੀਆਈ ਤਰੱਕੀਆਤੀ ਬੈਂਕ ਕਹਿੰਦਾ ਅਸੀਂ 8 ਅਰਬ ਦੇਣਾ ਪਾਕਿਸਤਾਨ ਨੂੰ ਸ਼ਾਬਾਸ਼ ਦੇ ਤੌਰ ਤੇ ਕਿ ਦਿਵਾਲੀਆ ਹੁੰਦਿਆਂ ਹੁੰਦਿਆ ਤਰੱਕੀ ਦੇ ਰਾਹ ਤੇ ਆ ਗਏ ਨੇ ਤੇ ਇਹਦੀ ਮਿਸਾਲ ਉਹ ਕਹਿੰਦੇ ਨੇ ਮਿਲਦੀ ਨਹੀਂ ਪਹਿਲੇ ਜਿਹੜਾ ਦਿਵਾਲੀਆ ਹੋਣ ਦੇ ਕਿਨਾਰੇ ਤੇ ਜਾਂਦਾ ਹੈ ਉਹ ਦਿਵਾਲੀਆ ਹੁੰਦਾ ਹੀ ਹੁੰਦਾ ਤੇ ਇਸ ਵਾਸਤੇ ਮੈਂ ਕਹਿਣਾ ਹਾਂ ਨਾ ਕਿ ਪਾਕਿਸਤਾਨ ਜਿਹੜਾ ਹੈ ਕਦੀ ਦਿਵਾਲੀਆ ਨਹੀਂ ਹੋ ਸਕਦਾ ਔਰ ਪਾਕਿਸਤਾਨ ਦੇ ਉੱਤੇ ਅੱਲਾ ਦੀ ਖਾਸ ਮਿਹਰਬਾਨੀ ਹੈ ਇਹਨੇ ਦਿਹਾੜੇ ਕਿਆਮਤ ਤੱਕ ਜਿਹੜਾ ਇੱਕ ਕਾਇਮ ਰਹਿਣਾ ਹੈ ਸ਼ਾਦ ਰਹਿਣਾ ਹੈ ਔਰ ਆਬਾਦ ਰਹਿਣਾ ਹੈ ਔਰ ਇਸ ਤਰ੍ਹਾਂ ਦੇ ਫਿਤਨੇ ਜਿਹੜੇ ਨੇ ਫਿਤਨਾ ਨਿਆਜ਼ੀ ਟਾਈਪ ਲੋਕ ਇਸ ਤਰ੍ਹਾਂ ਦੇ ਫਿਤਨੇ ਆਂਦੇ ਰਹਿਣੇ ਨੇ ਜਾਂਦੇ ਰਹਿਣੇ ਨੇ ਲੇਕਿਨ ਇਸ ਮੁਲਕ ਨੇ ਪੂਰੀ ਹਯਾਤੀ ਨਾ ਦਿਵਾਲੀਆ ਹੋ ਸਕਦਾ ਤੇ ਨਾ ਇਹ ਟੁੱਟ ਸਕਦਾ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਅੱਛਾ ਜੀ ਇਹ ਇਹ ਤੇ ਹੋ ਗਿਆ 8 ਅਰਬ ਡਾਲਰ ਹੁਣ ਅੱਗੋਂ ਚਾਈਨਾ ਦੇ ਵਜ਼ੀਰ ਆਜ਼ਮ ਸਾਹਿਬ ਆ ਰਹੇ ਨੇ 14 ਤਰੀਕ ਨੂੰ ਔਰ 27 ਅਰਬ ਡਾਲਰ ਦਾ ਪੈਕੇਜ ਉਹ ਲੈ ਕੇ ਆ ਰਹੇ ਨੇ 27 ਅਰਬ ਡਾਲਰ ਠੀਕ ਹੋ ਗਿਆ ਨਾ ਹੁਣ ਗਿਆ ਸੁਣਾ ਤੋੜ ਅਡਿਆਲਾ ਜੇਲ੍ਹ ਦੇ ਵਿੱਚ ਹੁਣ ਇੱਕ ਲਿਆ ਜੇ ਤੋੜ ਹੁਣ ਪਤਾ ਨਹੀਂ ਮੇਰਾ ਉੱਥੇ ਉਹ ਜੇਲਰ ਨੂੰ ਮੈਂ ਕਿਹਾ ਸੀ ਯਾਰ YouTube ਲਾ ਕੇ ਤੇ ਮੇਰਾ ਪ੍ਰੋਗਰਾਮ ਤੇ ਇਹਨੂੰ ਮੋਰੇ ਨੂੰ ਸੁਣਾਇਆ ਕਰ ਅੱਛਾ ਉਹ 27 ਅਰਬ ਡਾਲਰ ਦਾ ਪੈਕੇਜ ਉਹ ਲੈ ਕੇ ਆ ਰਹੇ ਨੇ ਔਰ ਤਰੱਕੀ ਔਰ ਖੁਸ਼ਹਾਲੀ ਦੇ ਦੌਰ ਦੌਰੇ ਜਿਹੜੇ ਨੇ ਉਹ ਦੁਬਾਰਾ ਵਾਪਸ ਆ ਰਹੇ ਨੇ ਇਹਦੇ ਵਿੱਚ ਆਵਾਮ ਨੂੰ ਰਿਲੀਫ ਰਿਲੀਫ ਹੈ ਇਹ ਵੀ ਮੈਂ ਨਾਲ ਤੁਹਾਨੂੰ ਦੱਸਾਂ ਇਸ ਵਾਸਤੇ ਤੁਹਾਨੂੰ ਇਹ ਖਬਰ ਜਿਹੜੀ ਹੈ ਇਹ ਦਿੱਤੀ ਹੈ ਅੱਛਾ ਜੀ ਅੱਗੇ ਆਜੋ ਅਲੀਮਾ ਔਰ ਉਸਮਾ ਦਾ ਮਜ਼ੀਦ ਜਸਮਾਨੀ ਰਿਮਾਂਡ ਇਹ ਹੁਣ ਅਲੀਮਾ ਔਰ ਉਸਮਾ ਦੋ ਬੁੱਢੇ ਚੰਮ ਮੁਲਕ ਦੁਸ਼ਮਣ ਇਹ ਮੁੰਡੇ ਰੱਖੇ ਨੇ ਆਪਣੀ ਜਸਮਾਨੀ ਔਰ ਜ਼ਿਹਨੀ ਤਸਕੀਨ ਆਸਤੇ ਔਰ ਬੇਤ ਹਸ਼ਾ ਪੈਸਾ ਇਹ ਲੁੱਟ ਚੁੱਕੀਆਂ ਮਾਈਆਂ ਜ਼ਕਾਤ ਸਦਕਾਤ ਫੰਡ ਫਾਰਨ ਫੰਡਿੰਗ ਪੀਟੀਆਈ ਫੰਡਿੰਗ ਫਲਾਣਾ ਰਮਲ ਯੂਨੀਵਰਸਿਟੀ ਇਹ ਉਹ ਬਿਲਕੁਲ ਵਿਲੀਆਂ ਵਾਰੀਆਂ ਅਰਬ ਖਰਪਤੀ ਯੂਥੀਆਂ ਦੇ ਪੈਸਿਆਂ ਦੇ ਔਰ ਇਸرائیਲੀ ਪੈਸਿਆਂ ਤੇ ਇਹ ਦੋ ਬੁੱਢੇ ਚਾਮ ਜਿਹੜੇ ਨੇ ਇਹ ਖਰਪਤੀ ਬਣ ਕੇ ਬੈਠੇ ਆ ਔਰ ਮੁੰਡੇ ਰੱਖੇ ਨੇ ਆਪਣੀ ਤਸਕੀਨ ਆਸਤੇ ਹੈ ਅੱਛਾ ਇਹਨਾਂ ਦਾ ਇਹ ਹੁਣ ਫੜੀਆਂ ਗਈਆਂ ਅਫਗਾਨੀ ਇਨਕਲਾਬ ਲਿਆਂਦੀਆਂ ਲੈਂਦੀਆਂ ਗੰਡਾਪੁਰ ਇਹਨਾਂ ਨੂੰ ਫਦਾ ਕੇ ਤੇ ਆਪ ਨਿਕਲ ਗਿਆ ਮੈਂ ਇਹਨਾਂ ਗੰਡਾਪੁਰ ਨੇ ਜਿਹੜੇ ਕੰਮ ਕੀਤੇ ਨੇ ਤੁਹਾਡੀ ਸੋਚ ਹੈ ਗੰਡਾਪੂਰੀ ਤੇ ਆਪਣਾ ਬੰਦਾ ਯਕੀਨ ਕਰ ਆਪਣਾ ਬੰਦਾ ਅੱਛਾ ਇਹ ਜਨਾਬ ਦੋ ਰੋਜ਼ਾ ਆਪਣਾ ਇਹਨਾਂ ਨੂੰ ਉੱਥੇ ਫੜ ਲੇ ਫੜਨ ਤੋਂ ਬਾਅਦ ਫਿਰ ਆਜੋ ਹੋ ਗਿਆ ਪਚਾਰ ਪੰਜ ਦਿਨ ਤੇ ਪਹਿਲੇ ਵੀ ਦੋ ਰੋਜ਼ਾ ਜਿਸਮਾਨੀ ਰਮਾਨ ਜਿਹੜਾ ਉਹ ਦਿੱਤਾ ਤੇ ਹੁਣ ਫਿਰ ਜੱਜ ਅਬੂਲ ਹਸਨਾਤ ਨੇ ਦੋ ਰੋਜ਼ਾ ਜਿਸਮਾਨੀ ਰਮਾਨ ਜਿਹੜਾ ਨਾ ਉਹ ਦੇ ਮਜ਼ੀਦ ਪੁਲਿਸ ਤੇ ਹਵਾਲੇ ਕਰ ਦਿੱਤੀਆਂ ਨੇ ਕਿ ਮਜ਼ੀਦ ਜ਼ਰਾ ਇਹਨਾਂ ਦੇ ਫੱਟੇ ਜਿਹੜੇ ਨੇ ਉਹ ਚੈੱਕ ਕਰੋ ਵਾਲਸ਼ਾਲ ਇਹ ਸਾਰੀਆਂ ਚੀਜ਼ਾਂ ਹਾਂ ਕਿ ਕਿਤੇ ਕੋਈ ਬਿਮਾਰੀ ਤੇ ਨਹੀਂ ਅੱਛਾ ਹੁਣ ਪੁਲਿਸ ਨੇ ਉੱਥੇ ਕਿਹਾ ਅਦਾਲਤ ਦੇ ਵਿੱਚ ਕੇ ਸਰਕਾਰ ਇਹਦਾ ਮੋਬਾਈਲ ਸਾਡੇ ਕੋਲ ਅਲੀਮਾ ਦਾ ਤੇ ਅਸੀਂ ਇਹਦੇ ਕੋਲ ਪਾਸਵਰਡ ਮੰਗਨੇ ਆ ਪਏ ਤੇ ਇਹ ਪਾਸਵਰਡ ਸਾਨੂੰ ਨਹੀਂ ਦਿੰਦੀ ਪਈ ਤੇ ਸਾਨੂੰ ਚਾਹੀਦਾ ਇਹਦੇ ਮੋਬਾਈਲ ਦਾ ਪਾਸਵਰਡ ਪਾਸਵਰਡ ਤਾਂ ਕਿ ਅਸੀਂ ਅੰਦਰੋਂ ਸਾਰਾ ਖਾਤਾ ਜਿਹੜਾ ਇਹ ਛਾਣਮੀਨ ਕਰਨਾ ਚਾਹੁੰਦੇ ਆ ਕਿਉਂਕਿ ਸਾਡੀ ਇਤਲਾ ਹੈ ਕਿ ਇਸ ਫੋਨ ਦੇ ਅੰਦਰ ਬਹੁਤ ਜ਼ਿਆਦਾ ਮਾਲ ਹੈ ਜਿਹੜਾ ਪਾਕਿਸਤਾਨ ਦੀ ਦੁਸ਼ਮਣੀ ਦੇ ਨਾਲ ਤੁੰਗਿਆ ਪਿਆ ਭਰਿਆ ਪਿਆ ਤੇ ਸਾਨੂੰ ਇਸ ਮਾਈ ਦੇ ਫੋਨ ਦਾ ਪਾਸਵਰਡ ਚਾਹੀਦਾ ਪੁਲਿਸ ਨੇ ਜਦੋਂ ਜੱਜ ਦੇ ਅੱਗੇ ਰਿਕੁਐਸਟ ਰੱਖੀ ਤੇ ਜੱਜ ਨੇ ਫਿਰ 2 ਦਿਨ ਦਾ ਮਜ਼ੀਦ ਜਸਮਾਨੀ ਰਿਮਾਂਡ ਦਿੱਤਾ ਔਰ ਜੱਜ ਨੇ ਕਿਹਾ ਕਿ 2 ਦਿਨ ਹੋਰ ਇਹਦੀ ਲਿੱਟਰਕਟ ਕਰੋ ਇਹ ਆਪੇ ਹੀ ਪਾਸਵਰਡ ਜਿਹੜੀ ਹੈ ਉਹ ਦੇ ਦੇਗੀ ਔਰ ਜੱਜ ਨੇ ਅਲੀਮਾ ਨੂੰ ਕਿਹਾ ਕਿ ਮਾਈ ਇਹ ਪਾਸਵਰਡ ਦੇ ਤੇਰਾ ਫੋਨ ਦੇ ਵਿੱਚ ਕੀ ਹੋਣਾ ਹੈ ਮਤਲਬ 70 ਸਾਲਾ ਮਾਈ ਦੇ ਪਾਸਵਰਡ ਵਿੱਚ ਕੀ ਹੋਣਾ ਇਹ ਇੱਕ ਮਕਰੇਲੂ ਔਰਤ ਦੀ ਗੱਲ ਕਰ ਰਿਹਾ ਇਹਦੇ ਪਾਸਵਰਡ ਦੇ ਇਹਦੇ ਫੋਨ ਦੇ ਵਿੱਚ ਕੀ ਹੈ ਇਹਦੇ ਫੋਨ ਦੇ ਵਿੱਚ ਮੁਲਕ ਦੁਸ਼ਮਣੀ ਮੁਲਕ ਦੇ ਖਿਲਾਫ ਪਲੈਨਿੰਗ ਮੁਲਕ ਦੇ ਖਿਲਾਫ ਜੰਗ ਬੰਦੇ ਮਾਰਨ ਦਾ ਪਲਾਨ ਫਾਰਨ ਫੰਡਿੰਗ ਇਸਰਾਇਲ ਨਾਲ ਰابطੇ ਭਾਰਤੀ ਖੁਫੀਆ ਏਜੰਸੀ ਨਾਲ ਰابطੇ ਔਰ ਇੱਥੇ ਜਿਹੜੇ ਇਹਨਾਂ ਦੇ ਤਾਲਬਾਨ ਨਾਲ ਰابطੇ ਔਰ ਜਿਹੜੇ ਯੂਥੀ ਲੀਡਰਸ਼ਿਪ ਜਿਹੜੇ ਇਹ ਅਫਗਾਨੀ ਇਨਕਲਾਬ ਲੈ ਕੇ ਆ ਰਹੇ ਸੀ ਉਹਨਾਂ ਦੇ ਨਾਲ ਰابطੇ ਕਿ ਇਨਕਲਾਬ ਕਿਸ ਤਰ੍ਹਾਂ ਲੈ ਕੇ ਆਣੇ ਔਰ ਬੰਦੇ ਕਿੱਥੇ ਮਾਰਨੇ ਨੇ ਕਿੰਨੇ ਮਾਰਨੇ ਨੇ ਇਹ ਸਾਰਾ ਪਲਾਨ ਉਹਦੇ ਫੋਨ ਦੇ ਵਿੱਚ ਹੈ ਤੇ ਜੱਜ ਨੇ ਕਿਹਾ ਮਾਇਆ ਦੇ ਚ ਉਹ ਕਹਿੰਦੀ ਮੈਂ ਨਹੀਂ ਦੇਣਾ ਹੁਣ ਪੁਲਿਸ ਨੇ ਹੁਣ ਦੋ ਦਿਨ ਫਿਰ ਕੁੱਟਣਾ ਚੰਗਾ ਰੱਖ ਕੇ ਉਹਨਾਂ ਨੇ ਹੁਣ ਮੈਂ ਤੇ ਕਹਿਣਾ ਵੇ ਸ਼ਲਵਾਰੇ ਚੂਹਾਵਾੜ ਦੇ ਅਗਰ ਮੈਂ ਤਫਤੀਸ਼ੀ ਹੋਵਾਂ ਨਾ ਤੇ ਮੈਂ ਇਹਨਾਂ ਦੋਹਾਂ ਦੀਆਂ ਸ਼ਲਵਾਰਾਂ 'ਚ ਦੋ-ਦੋ ਚੂਹੇ ਛੱਡ ਦੇਆ ਉਹ ਚੂਹੇ ਰਿੰਗ ਦੇ ਰਿੰਗ ਦੇ ਰਿੰਗ ਦੇ ਰਿੰਗ ਦੇ ਜਦੋਂ ਬਿੱਲੀ ਤੱਕ ਜਾਣਗੇ ਉੱਥੇ ਕੁਤਕਤਾੜੀਆਂ ਕੱਢਣਗੇ ਤੇ ਉਹਨੇ ਆਪੇ ਹੀ ਕਹਿਣਾ ਪੁਲਿਸ ਵਾਲੀ ਨੂੰ ਕਿ ਬਾਜੀ ਇਹ ਪਾਸਵਾੜੀ ਖੋਲੋ ਮੇਰਾ ਫੋਨ ਤੇ ਚੂਹੇ ਉੱਥੇ ਬਿੱਲੀ ਦੇ ਨਾਲ ਖੇਡਣਗੇ ਬਿੱਲੀ ਫਿਰ ਚੋਏਗੀ ਠੀਕ ਹੈ ਨਾ ਜੀ ਇਹ ਚੂਹੇ ਛੱਡਦੇ ਹੋ ਵਿੱਚ ਸਲਵਾਰੇ ਚੂਹੇ ਛੱਡਦੇ ਹੋ ਭਾਈ ਜਾਨ ਤੇ ਆਪੇ ਹੀ ਪਾਸਵਰਡ ਇਹਨੇ ਦੇ ਦੇਣਾ ਇਹਨੇ ਪਾਸਵਰਡ ਖੋਲ ਕੇ ਤੇ ਫਿਰ ਸਾਰੀਆਂ ਸਾਜ਼ਿਸ਼ਾਂ ਵੀ ਆਪੇ ਹੀ ਕੜਕ ਦੇਣੀ ਹੈ ਠੀਕ ਹੋ ਗਿਆ ਤੇ ਇਹ ਦੋ ਰੋਜ਼ਾ ਜਸਮਾਨੀ ਰਿਮਾਨ ਜਿਹੜਾ ਇਹਦੇ ਕੋਲ ਪਹੁੰਚ ਚੁੱਕਿਆ ਅੱਗੇ ਜਨਾਬ ਤੁਸੀਂ ਆਓ ਐ ਆਇਨੀ ਤਰਮੀਮ ਤੇ ਹਕੂਮਤ ਦਾ ਵੱਡਾ ਐਲਾਨ ਇਹ ਹੁਣ ਪਾਕਿਸਤਾਨ ਦੇ ਵਿੱਚ 26ਵੀਂ ਆਇਨੀ ਤਰਮੀਮ ਜਿਹੜੀ ਹੈ ਇਹਦੀਆਂ ਟੱਲੀਆਂ ਦੁਬਾਰਾ ਖੜਗ ਗਈਆਂ ਨੇ ਤੇ ਹਕੂਮਤ ਨੇ ਵੀ ਲੰਗੋੜ ਕਸਣਾ ਸ਼ੁਰੂ ਕਰ ਦਿੱਤਾ ਇਤਲਾਹ ਦੇ ਮੁਤਾਬਕ ਨੰਬਰ ਗੇਮ ਜਿਹੜੀ ਆ ਉਹ ਪੂਰੀ ਆ ਪੂਰੀ ਕਰ ਲਈ ਗਈ ਹੈ ਔਰ ਹਕੂਮਤ ਨੇ ਆਪਣੇ तमाम ਪਾਰਲੀਮੈਂਟ ਏਰੀਅਨ ਜਿਹੜੇ ਨੇ ਪਾਰਲੀਮੈਂਟ ਦੇ ਅਰਕਾਨ ਅਰਕੀਨ ਜਿਹੜੇ ਨੇ ਉਹਨਾਂ ਨੂੰ ਇਸਲਾਮਾਬਾਦ ਤਲਬ ਕਰ ਲਿਆ ਔਰ ਜਿਹੜੇ ਪਾਰਲੀਮੈਂਟੇਰੀਅਨ ਹਕੂਮਤੀ ਇਤਿਹਾਦ ਦੇ ਮੁਲਕ ਤੋਂ ਬਾਹਰ ਨੇ ਉਹਨਾਂ ਨੂੰ ਵੀ ਸੱਦਾ ਦੇ ਦਿੱਤਾ ਗਿਆ ਕਿ ਫੌਰਨ ਤੋਂ ਪਹਿਲੇ ਅਗਲੇ 24 ਘੰਟੇ ਵਿੱਚ ਪਾਕਿਸਤਾਨ ਪਹੁੰਚ ਜੋ ਔਰ ਜਿਹੜੇ ਸੈਨੇਟ ਦੇ ਅਰਕੀਨ ਨੇ ਮੁਲਕ ਤੋਂ ਬਾਹਰ ਕੋ ਉਮਰਾ ਕਰਨ ਗਿਆ ਕੋ ਦੁਬਈ ਗਿਆ ਕੋ ਅਮਰੀਕਾ ਗਿਆ ਜਿੱਥੇ ਵੀ ਉਹਨਾਂ ਨੂੰ ਵੀ ਕਿਹਾ ਕਿ 24 ਘੰਟਿਆਂ ਦੇ ਵਿੱਚ ਵਾਪਸ ਪਾਕਿਸਤਾਨ اسلامਾਬਾਦ ਪਹੁੰਚ ਜਾਓ ਔਰ ਜਿਹੜੇ ਪਾਕਿਸਤਾਨ ਦੇ ਅੰਦਰ ਨੇ ਉਹਨਾਂ ਨੂੰ ਕਿਹਾ ਤਾ ਕਿ اسلامਾਬਾਦ ਤੋਂ ਬਾਹਰ ਨਹੀਂ ਜਾਣਾ ਇਹ ਅਫਗਾਨੀ ਇਨਕਲਾਬ ਤੋਂ ਬਾਅਦ ਬਰਬਾਦੀ ਔਰ ਨਕਾਮੀ ਤੋਂ ਬਾਅਦ ਤਰੀਕ ਇਨਸਾਫ ਦੇ ਬਹੁਤ ਸਾਰੇ ਲੋਕ ਹਕੂਮਤ ਪਾਰਟੀ ਛੱਡਣ ਨੂੰ ਤਿਆਰ ਹੋ ਚੁੱਕੇ ਨੇ ਕਿਉਂਕਿ ਉਹ ਇਨਕਲਾਬ ਦਾ ਇੰਤਜ਼ਾਰ ਕਰ ਰਹੇ ਸੀ ਕਿ ਅਗਰ ਇਨਕਲਾਬ ਆ ਗਿਆ ਤੇ ਅਸੀਂ ਇੱਧਰ ਹੋ ਜਾਾਂਗੇ ਜੇ ਇਨਕਲਾਬ ਵੱਡ ਗਿਆ ਤੇ ਅਸੀਂ ਇੱਧਰ ਹੋ ਜਾਾਂਗੇ ਠੀਕ ਹੋ ਗਿਆ ਤੇ ਕਾਫੀ ਲੋਕ ਜਿਹੜਾ ਉਹ ਰੁਪੋਸ਼ ਵੀ ਹੋ ਚੁੱਕੇ ਨੇ ਜਿਹੜੇ ਆ ਪਾਰਲੀਮੈਂਟ ਦੇ ਮੈਂਬਰਾਂ ਨੇ ਔਰ ਕਾਫੀ ਲੋਕ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਨਾਲ ਰਾਬਤੇ ਦੇ ਵਿੱਚ ਵੀ ਨਹੀਂ ਤੇ ਸਪੀਕਰ ਕੌਮੀ ਅਸੈਂਬਲੀ ਨੂੰ ਰੋਕ ਲਿਆ ਗਿਆ ਸਪੀਕਰ ਕੌਮੀ ਅਸੈਂਬਲੀ ਅਯਾਜ਼ ਸਾਦਕ ਨੂੰ ਰੋਕ ਲਿਆ ਗਿਆ ਸਰਕਾਰ ਜੀ ਇਸ ਤਰ੍ਹਾਂ ਦੀ ਗੱਲ ਵੱਧ ਚੁੱਕੀ ਉਹ ਕਿਵੇਂ ਸਪੀਕਰ ਸਾਹਿਬ ਜਾ ਰਹੇ ਸੀ ਪਾਰਲੀਮੈਂਟਰੀ ਇਨਸਾਇਡ ਇੱਕ ਵਫਦ ਲੈ ਕੇ ਕੁਦਰਜਕ ਤਕਰੀਬ ਪਾਰਲੀਮੈਂਟਰੀਅਨਸ ਲੈ ਕੇ ਜਿਨੀਵਾ ਜਾ ਰਹੇ ਸੀ ਸਵਿਟਜ਼ਰਲੈਂਡ ਉੱਥੇ ਸ਼ਿਰਕਤ ਕਰਨੀ ਸੀ ਪਤਾ ਨਹੀਂ ਕੋਈ ਕਨਵੈਨਸ਼ਨ ਹੈ ਜਾਂ ਜੋ ਵੀ ਇਸ ਹਾਬਤਾ ਉੱਥੇ ਹੁੰਦਾ ਜਨੇਵਾ ਦੇ ਵਿੱਚ ਵੀ ਕੋਈ ਕੋਈ ਖਾਤਾ ਖੁੱਲਦਾ ਹੈ ਨਾ ਹਰ ਸਾਲ ਤੇ ਉੱਥੇ ਜਾ ਰਹੇ ਸੀ ਤੇ حکومਤੀ ਜਿਹੜੇ اتحਾਦੀ ਲੀਡਰਾਂ ਨੇ ਉਹਨਾਂ ਨੇ ਸਪੀਕਰ ਸਾਹਿਬ ਨੂੰ ਵੀ ਰੋਕ ਦਿੱਤਾ ਕਿ ਇਹ ਵਫ਼ਦ ਤੁਸੀਂ ਫਿਲਹਾਲ ਲੈ ਕੇ ਨਹੀਂ ਜਾ ਸਕਦੇ ਕਿਉਂਕਿ ਆਇਨੀ ਤਰਮੀਮ ਜਿਹੜੀ ਹੈ ਉਹ ਆ ਰਹੀ ਹੈ ਤੇ لہذا ਟਿਕਟਾਂ ਟੁਕਟਾਂ ਕੈਨਸਲ ਤੇ ਬੋਲੋ ਪੈਨਸਲ ਤੇ ਇੱਥੇ ਬੈ ਕੇ ਇਸਲਾਮਾਬਾਦ ਦੇ ਵਿੱਚ ਸਾਡੀ ਅਗਲੀ ਮੂਵ ਦਾ ਇੰਤਜ਼ਾਰ ਕਰੋ ਤੇ ਸਪੀਕਰ ਸਾਹਿਬ ਨੂੰ ਵੀ ਰੋਕ ਦਿੱਤਾ ਮਤਲਬ ਕਿ ਗੇਮ ਜਿਹੜੀ ਹੈ ਬੜੀ ਵੱਧ ਗਈ ਹੈ ਸੰਜੀਦਾ ਹਾਲਾਤ ਪੈਦਾ ਹੋ ਚੁੱਕੇ ਨੇ ਤੇ ਨੰਬਰ ਗੇਮ ਵੀ ਕਹਿੰਦੇ ਨੇ ਪੂਰੀ ਹੈ ਤੇ ਮੌਲਾਨਾ ਸਾਹਿਬ ਵੀ ਕਹਿੰਦੇ ਨੇ ਕਿ ਨਾਲ ਹੀ ਮੌਲਾਨਾ ਸਾਹਿਬ ਨੇ ਤਿਤਲੀਆਂ ਤੁਤਲੀਆਂ ਤੇ ਚੱਕ ਚੁੱਕ ਲਈਆਂ ਹੋਣੀਆਂ ਨੇ ਲੇਕਿਨ ਹੁਣ ਹਕੂਮਤ ਦੇ ਨਾਲ ਨੇ ਠੀਕ ਹੋ ਗਿਆ ਇਹ ਹੋ ਗਈ ਇਹ ਤਰਮੀਮ ਦੇ ਹਵਾਲੇ ਦੇ ਨਾਲ ਅਪਡੇਟ ਅੱਗੇ ਜਨਾਬ ਤੁਸੀਂ ਆਜੋ ਨਿਵਾਜ਼ ਸ਼ਰੀਫ ਸਾਹਿਬ ਔਰ ਬਲਾਵਲ ਸਾਹਿਬ ਦੀ ਮੁਲਾਕਾਤ ਇਹ ਹੁਣ ਅੱਜ ਬਹੁਤ ਵੱਡੀ ਇਹ ਮੁਲਾਕਾਤ ਹੈ ਔਰ ਇਸ ਮੁਲਾਕਾਤ ਤੋਂ ਬਾਅਦ ਹੀ ਸਾਰੇ ਖਾਤੇ ਜਿਹੜੇ ਨੇ ਉਹ ਕਲੀਅਰ ਹੋਣੇ ਨੇ ਔਰ ਇਹ ਮੇਰੇ ਮੇਰੇ ਖਿਆਲ ਦੇ ਮੁਤਾਬਕ ਇਹ ਆਇਨੀ ਤਰਮੀਮ ਦੇ ਹਵਾਲੇ ਦੇ ਨਾਲ ਇਹ ਮੁਲਾਕਾਤ ਤੇ ਔਰ ਜਿਹੜੀ ਆ ਰਹੀ ਹੈ ਤੁਹਾਡੀ ਸ਼ੰਗਾਈ ਤਾਵਨ ਤਨਜ਼ੀਮ ਦੇ ਕਾਨਫਰੰਸ ਔਰ ਚਾਇਨਾ ਦੇ ਵਜ਼ੀਰ-ਏ-ਆਜ਼ਮ ਦਾ ਦੌਰਾ ਔਰ ਸਭ ਤੋਂ ਮੇਨ ਚੀਜ਼ ਜਿਹੜੀ ਇਹਦੇ ਚ ਆਇਨੀ ਤਰਮੀਮ ਦੇ ਹਵਾਲੇ ਦੇ ਨਾਲ ਇਤਲਾਬ ਹੈ ਕਿ ਇਹਨਾਂ ਦੋ ਲੀਡਰਾਂ ਦੇ ਦਰਮਿਆਨ ਬਹੁਤ ਅੱਛੀ ਗੁਫ਼ਤਗੂ ਹੋਈ ਹੈ ਕਿਉਂਕਿ ਬਲਾਵਲ ਸਾਹਿਬ ਤੁਹਾਨੂੰ ਪਤਾ ਲੀਡ ਕਰ ਰਹੇ ਨੇ ਇਹ ਸਾਰੀ ਮੁਹਿੰਮ ਨੂੰ ਆਏ 26ਵੀਂ ਆਣੀ ਤਰਮੀਮ ਜਿਹੜੀ ਹੈ ਇਹ ਸਾਰੀ ਦੀ ਸਾਰੀ ਮੁਹਿੰਮ ਪੀਪਲਸ ਪਾਰਟੀ ਲੀਡ ਕਰ ਰਹੀ ਹੈ ਔਰ ਤਾਰੀਖ ਦੇ ਵਿੱਚ ਪੀਪਲਸ ਪਾਰਟੀ ਦਾ ਨਾਮ ਹਮੇਸ਼ਾ ਸਭ ਤੋਂ ਉੱਤੇ ਰਹੇਗਾ ਅਗਰ ਇਹ ਜਦੋਂ ਪਾਸ ਹੋ ਜਾਂਦੀ ਹੈ ਇਨਸ਼ਾ ਅੱਲਾਹ ਤਾਲਾ 18 19 20 ਤਰੀਖ ਤੱਕ ਅਗਰ ਇਹ ਪਾਸ ਹੋ ਜਾਣੀ ਹੈ ਔਰ ਪੀਪਲਸ ਪਾਰਟੀ ਦਾ ਨਾਮ ਜਿਹੜਾ ਇਹ ਸਭ ਤੋਂ ਉੱਤੇ ਰਹੇਗਾ ਤਾਰੀਖ ਦੇ ਵਿੱਚ ਕਿ ਉਹਨਾਂ ਨੇ ਇਹ ਮੇ ਕਾਰਨਾਮਾ ਸਾਰੰਜਾਮ ਦਿੱਤਾ ਔਰ ਸਾਰੀ ਕੋਸ਼ਿਸ਼ ਜਿਹੜੀ ਹੈ ਉਹਨਾਂ ਨੇ ਕੀਤੀ ਕਿਉਂਕਿ ਸਾਡੇ ਜਿਹੜੇ ਇਨਸਾਨ ਉਹ ਸਾਰੇ ਹਕੂਮਤੀ ਉਹ ਤੇ ਬਿਲਕੁਲ ਉਹਨਾਂ ਦਾ ਪ੍ਰੋਗਰਾਮ ਤੇ ਵੜ ਗਿਆ ਨਾ ਤੇ ਫਿਰ ਬਲਾਵਲ ਸਾਹਿਬ ਨੇ ਕੋੜੇ ਤੇ ਕਾਠੀ ਪਾਈ ਤੇ ਉਹਨਾਂ ਨੇ ਇਹ ਜ਼ਿੰਮੇਵਾਰੀ ਲਈ ਤੇ ਬਲਾਵਲ ਪੁੱਟੋ ਦਾ ਔਰ ਜ਼ਰਦਾਰੀ ਸਾਹਿਬ ਦਾ ਨਾਮ ਜਿਹੜਾ ਇਹ ਇਹ ਉਹਨਾਂ ਦਾ ਸ਼ਿਮਲਾ ਉੱਚਾ ਰਹੇਗਾ ਜਿਹੜੀ ਗੱਲ ਸਿੱਧੀ ਹੈ ਉਹ ਕਰਨੀ ਚਾਹੀਦੀ ਜਿਹੜਾ ਕ੍ਰੈਡਿਟ ਬਣਦਾ ਉਹ ਉਹ ਦੇਣਾ ਚਾਹੀਦਾ ਵਰਨਾ ਫਿਰ ਬੇਈਮਾਨੀ ਹੋ ਜਾਂਦੀ ਤੇ ਇਹਨਾਂ ਦੋਨਾਂ ਦੇ درمیان ਮੁਲਾਕਾਤ ਹੋਈ ਨਵਾਸ਼ੀਫ ਸਾਹਿਬ اور ਬਲਾਵਤ ਸਾਹਿਬ ਦੇ درمیان ਤੇ ਮਤਲਬ ਕਿ ਸਿੱਕੇ ਬੰਦ ਕੰਮ ਜਿਹੜਾ ਉਹ ਹੋ ਚੁੱਕਿਆ ਤੇ ਕਹਿਣ ਵਾਲੇ ਕਹਿੰਦੇ ਨੇ ਕਿ 18 19 20 18 19 20 ਇਹ ਤਰੀਖ ਹੈ ਇਹਦੇ ਵਿੱਚ ਆਇਨੀ ਤਰਮੀਮ ਜਿਹੜੀ ਹੈ ਉਹ ਹੋਣੀ ਹੈ ਔਰ ਕਿਲਾ ਜਿਹੜਾ ਉਹ ਪੂਰਾ ਪੂਰਾ ਠੁਕਣਾ ਫਿਤਨਾ ਜਿਹੜਾ ਉਹ ਖਾਤਮੇ ਦੇ ਕਰੀਬ ਹੈ ਪਾਕਿਸਤਾਨ ਦੇ ਵਿੱਚ ਡਾਲਰਾਂ ਦੀ ਬਾਰਿਸ਼ ਹੈ ਮੌਜੂਦ ਬਿਹਤਰ ਤੋਂ ਬਿਹਤਰ ਹੋ ਰਹੀ ਹੈ ਮਹਿੰਗਾਈ ਕਟ ਤੋਂ ਕਟ ਹੋ ਰਹੀ ਹੈ ਖੁਸ਼ਹਾਲੀ ਦਰਵਾਜ਼ੇ ਦੇ ਉੱਤੇ ਆ ਤੇ ਸਾウਦੀ ਅਰਬ ਔਰ ਚਾਇਨਾ ਦੀ ਇਹ ਡਿਮਾਂਡ ਹੈ ਕਿ ਲੰਗੜਾ ਜਿਹੜਾ ਇਹ ਹਮੇਸ਼ਾ ਜੇਲ੍ਹ ਦੇ ਵਿੱਚ ਰਹਿਣਾ ਚਾਹੀਦਾ ਹੈ ਅਗਰ ਲੰਗੜਾ ਬਾਹਰ ਤੁਸੀਂ ਕੱਢਿਆ ਤੇ ਅਸਾਂ ਆਪਣੇ ਸਾਰੇ ਪੈਸੇ ਵਾਪਸ ਖਿੱਚ ਲੈਣੇ ਬਹੁਤ ਸ਼ੁਕਰੀਆ